ਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ? ਠੀਕ, ਉਮੀਦ ਕਰਦਾ ਤੁਸੀਂ ਖੈਰ ਖੈਰੀਓ, ਅਸਲਾ ਅਤੇ ਫਜ਼ਲ ਕਰਮ ਨਾਲ ਠੀਕ ਹੋ। ਸਭ ਤੋਂ ਸਵੇਰ ਦੇ ਮੇਰਾ ਚੈਨਲ ਅਦਨਾ THD, ਔਰ ਮੈਂ ਹਾਂ ਤੁਹਾਡਾ ਆਪਣਾ ਦਨਾ। ਅੱਜ ਅਸੀਂ ਆਏ ਹਾਂ ਜੀ ਸ਼ਾਹਜ਼ੋਰ ਲਵਣ ਆਏ ਹਾਂ, ਅਤੇ ਇਸ ਟਾਈਮ ਸ਼ੋਰਕੋਟ ਪਹੁੰਚਿਆ। ਹੁਣ ਮੇਰੇ ਨਾਲ ਅਬਾਸ ਸੇਠ ਹੀ ਹੈ। ਅਬਾਸ ਸੇਠ, ਕੀ ਸੁਣਦਾ ਬੈਠਾ? ਡਰਾਮਾ ਇਹ ਲੋਕ ਤਾਂ ਨਾ ਸਾਡੀ ਵੀਡੀਓ ਵੇਖ ਕੇ ਰੱਖਦਾ ਹੈ, ਅਤੇ ਆਪ ਦੌੜੇ ਜਿਹੜੇ ਨੇ ਯਾਦ ਕੀਤੇ ਨੇ, ਦੌੜੇ ਬੜੇ ਆਉਂਦੇ ਨੇ, ਅਤੇ ਹੁਣ ਇਨਸ਼ਾਅੱਲਾ ਜਿਹੜਾ ਨਾ ਵੀਡੀਓ ਦੇ ਨਾਲ ਦੌੜੇ ਆਏ ਕਰੇ ਸਨ ਤੁਹਾਡੇ। ਅਤੇ ਮੇਰੇ ਚੈਨਲ 'ਤੇ ਜਿਹੜੇ ਦੋਸਤ ਨਵੇਂ ਨਾ, ਉਹ ਪਲੀਜ਼ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰ ਦਿਓ। ਅਤੇ ਅਸੀਂ ਜਾਂਦੇ ਪਏ ਅੱਜ ਕੀ ਚਲਾਵੇਂ, ਸ਼ਾਹਜ਼ੋਰ ਲਵੇਂ ਜਾਂਦੇ ਪਏ, ਅਤੇ ਤੁਹਾਨੂੰ ਵੀ ਕਹਿੰਦਾ ਮੇਰੇ ਜਿੱਦਾਂ ਦੋਸਤ ਨਾਲ ਇਹ ਕਮੈਂਟ ਕੀਤੀ ਰੱਖਿਆ, ਦੱਸੀ ਰੱਖਿਆ ਕਿ ਇਹੋ ਜਿਹੀ ਗੱਡੀ ਹੈ, ਪਸੰਦ ਸਾਡੇ ਵੀਵਰਾਂ ਨੂੰ ਆਉਂਦੀ ਪਈ ਜਾਂ ਨਹੀਂ ਆਉਂਦੀ, ਕਿਉਂਕਿ ਸਾਨੂੰ ਕਾਰਾਂ ਦਾ ਸ਼ੌਂਕ ਹੋਇਆ, ਸਾਨੂੰ ਟਰੱਕਾਂ ਤੋਂ ਸ਼ਾਹਜ਼ੋਰਾਂ ਦਾ ਸ਼ੌਂਕ। ਅਸੀਂ ਹੁਣ ਨਿਕਲਦੇ ਪਏ, ਉਹ ਸ਼ਾਹਜ਼ੋਰ ਦਾ ਪਤਾ ਕਰੇ ਜਾਂ ਵੇਖਣੀ ਹੈ ਪਸੰਦ ਆ ਜਾਏ। ਸ਼ੋਰਕੋਟ ਸਿਟੀ ਦਾ ਜਿਹੜਾ ਨਾ ਪੁਲਿਸ ਸਟੇਸ਼ਨ ਹੈ, ਬਿਲਕੁਲ ਅਸੀਂ ਸਾਹਮਣੇ ਕਰ ਲਿਆ। ਅਤੇ ਹੁਣ ਅਸੀਂ ਜਿਹੜੇ ਨਿਕਲਦੇ ਪਏ ਅੱਗਾਂ, ਅਤੇ ਹੁਣ ਨਿਕਲਦੇ ਪਏ ਅਗਲੀ ਸਾਈਡ 'ਤੇ, ਜਾਂ ਸ਼ਾਹਜ਼ੋਰ ਸ਼ੋਰੂਮ 'ਤੇ ਵੇਖਣੀ ਆ ਸਾਡੀ ਗੱਡੀ। ਤੈਨੂੰ ਕੀ ਲੱਗਦਾ ਗੱਡੀ ਦੇ ਬਾਰੇ? ਗੱਡੀ ਵਿਕਸਾਂ ਤਾਂ ਪਤਾ ਲੱਗ ਜਾਂਦਾ, ਗੱਡੀ ਪਸੰਦ ਆ ਗਈ ਤਾਂ ਆਪਾਂ ਲਾ ਲੈਣੀ ਆ, ਇਹਨੂੰ ਸ਼ਰੂ ਤਾਂ ਲਾ। ਗੱਡੀ ਸਾਨੂੰ ਪਸੰਦ ਆ ਗਈ ਨਾ, ਤਾਂ ਮੋੜ ਸਾਡੀ ਪਹਿਲੀ ਬੁੱਕ ਹੀ ਪਈ ਹੈ ਭਾਈ, ਕਿੱਥੋਂ ਦੀ? ਦੁਆ ਕਰੋ ਸਾਰੇ ਵੀਵਰ, ਇਨਸ਼ਾਅੱਲਾ ਜਿਹੜਾ ਨਾ ਅਸੀਂ ਅੱਜ ਗੱਡੀ ਤੋਂ ਕਿਤੋਂ ਨਾ ਕਿਤੋਂ ਸਭ ਦਾ ਕਾਰ 'ਤੇ ਹਟਸਾਂਗੇ। ਸਾਨੂੰ ਗੱਡੀ ਵੱਲ ਆਓ, ਅੱਗੋ ਅੱਗੋ ਉਹ ਵਹਿੰਦਾ ਪਿਆ, ਅਤੇ ਪਿੱਛੇ ਪਿੱਛੇ ਹੁਣ ਅਸੀਂ ਨਿਕਲੇ ਵਹੀਦੇ ਹਾਂ, ਤਾਂ ਅੱਗੋ ਟ੍ਰੈਫਿਕ ਵਾਲੇ ਨਾ ਖਲੋਤੇ ਹੋ। ਮੈਂ ਚੱਲ ਜੀ ਅਸੀਂ ਹੁਣ ਜਿਹੜਾ ਨਾ ਸ਼ੋਰਕੋਟ ਕਿਹੜਾ ਰਾਹ ਹੈ? ਕੈਂਟ ਰੋਡ, ਕੈਂਟ ਰੋਡ 'ਤੇ ਨਿਕਲੇ ਵਹੀਦੇ ਹਾਂ, ਅਤੇ ਕੈਂਟ ਰੋਡ 'ਤੇ ਸਾਨੂੰ ਪਤਾ ਲੱਗਾ ਜੀ ਉੱਥੇ ਗੱਡੀ ਖਲੋਤੀ ਹੈ, ਕੈਂਟ 'ਤੇ ਗੱਡੀ ਖਲੋਤੀ, ਅਤੇ ਕੈਂਟ 'ਤੇ ਜਾ ਦਿੰਦੇ ਗੱਡੀ ਵੇਖਦੇ ਹਾਂ ਕੀ ਹੋ ਜਾਏ। ਲੈ ਜੀ ਅਸੀਂ ਪਹੁੰਚ ਆਇਆ, ਮੈਨੂੰ ਲੱਗਦਾ ਸ਼ੋਰੂਮ ਤੋਂ ਪਹੁੰਚ ਆਇਆ, ਸ਼ੋਰੂਮ ਹੈ ਜੀ। ਅਸੀਂ ਸ਼ੋਰੂਮ 'ਤੇ ਇੱਥੇ ਪਹੁੰਚ ਆਇਆ, ਇਹ ਸ਼ਾਈਨ ਮੋਟਰ ਮਨਜ਼ਰ ਖਾਨ ਚੇਲਾ ਹੈ ਮੈਂ ਨਾ ਇੱਥੇ ਪਹੁੰਚਿਆ। ਹੁਣ ਜੀ ਉਹਨੇ ਇਸ਼ਾਰਾ ਕੀਤਾ ਜੀ ਇੱਥੇ ਨਹੀਂ ਜੀ, ਗੱਡੀ ਅੱਗੇ ਘਰ ਖਲੋਤੀ, ਅਸੀਂ ਗੱਡੀ ਅੱਗੇ ਜਾ ਵੇਖਣੀ ਹੈ, ਅਤੇ ਹੁਣ ਅਸੀਂ ਅੱਗੇ ਮੁੜ ਅੱਗੇ ਨਿਕਲਦੇ ਪਏ ਜੀ, ਉਹ ਵਿੱਚ ਬੰਦ ਹੈ ਨਾ, ਤਾਂ ਮੁੜ ਅੱਗੇ ਨਿਕਲਣੇ ਆਪਾਂ ਜੀ। ਜਿਤਨੇ ਮੇਰੇ ਵੀਰਾਂ ਮੇਰੇ ਬੇਲੀ ਇੰਨਾ ਮੇਰੇ ਚੈਨਲ 'ਤੇ ਨਵੇਂ, ਉਸ ਪਲੀਜ਼ ਸਬਸਕ੍ਰਾਈਬ ਕੀਤੀ ਰੱਖਿਆ, ਅਤੇ ਅਗਰ ਵੀਡੀਓ ਚੰਗੀ ਲੱਗੇ ਤਾਂ ਇਹ ਤੋਂ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿੱਤਾ ਕਰੋ। ਅਤੇ ਇਤਨੀ ਹੁਣ ਵੀਡੀਓ ਕੋਈ ਨਹੀਂ ਆਉਣੀ, ਕਿਉਂਕਿ ਅਸੀਂ ਮਸਰੂਫ ਹੋ ਜਾਣਾ, ਕਿਉਂਕਿ ਅੱਜ ਮੁਹਰਮ ਦੀ ਪਹਿਲੀ ਹੋ ਗਈ ਹੈ, ਅਤੇ ਅਸੀਂ ਮਸਰੂਫ ਹੋ ਜਾਣਾ ਮਜਾਲਸ 'ਤੇ, ਅਤੇ ਇਸ ਵਜ੍ਹਾ 'ਤੇ ਮਜਾਲਸ ਤੋਂ ਬਾਅਦ ਇਨਸ਼ਾਅੱਲਾ ਸਾਡੀ ਵੀਡੀਓ ਸਾਰੀਆਂ ਲਗਾਤਾਰ ਆਉਂਦੀਆਂ ਅਸੀਂ, ਅਤੇ ਇਨਸ਼ਾਅੱਲਾ ਡਰਾਮੇ ਆਉਂਦੇ ਰਹਾਂ ਅਸੀਂ, ਕਿਉਂਕਿ ਡਰਾਮੇ 'ਤੇ ਅਸੀਂ ਇਸ ਵਜ੍ਹਾ 'ਤੇ ਛੁੱਟੀ ਕੀਤੀ ਹੈ, ਕਿਉਂਕਿ ਗਰਮੀ ਕਾਫੀ ਜ਼ਿਆਦਾ ਹੈ ਨਾ, ਅਤੇ ਮੇਰੀ ਪੂਰੀ ਟੀਮ ਇੰਤਜ਼ਾਰ ਹੈ ਬੈਠੀ ਕਦੋਂ ਡਰਾਮੇ ਸ਼ੁਰੂ ਕਰਨੇ, ਡਰਾਮੇ ਇਨਸ਼ਾਅੱਲਾ ਜਿਹੜਾ ਨਾ ਇੱਥੋਂ ਜੇ ਗਰਮੀ ਖਤਮ ਹੁੰਦੀ ਨਾ ਮੁੰਡੇ ਇਨਸ਼ਾਅੱਲਾ ਸ਼ੁਰੂ ਕਰੇ ਨੇ ਮੁਹਰਮ ਤੋਂ ਬਾਅਦ।
ਅਤੇ ਹਾਲੇ ਅਸੀਂ ਅੱਜ ਗੱਡੀ ਦਾ ਰੋਲੇ 'ਚ ਵਧਿਆ ਸੀ, ਇਨਸ਼ਾਅੱਲਾ ਅੱਜ ਜਿਹੜਾ ਨਾ ਸਾਡਾ ਗੱਡੀ ਵਾਲਾ ਕੰਪਲੀਟ ਹੋ ਜਾਵੇ ਨਾ, ਅਤੇ ਮੁੜ ਵਿਹਲੇ ਵਿਹਲੇ ਆਏ ਪੈ ਜੀ। ਤੁਸੀਂ ਤਾਂ ਪਸੰਦ ਕੋਈ ਨਹੀਂ ਹੋਈ ਤਾਂ ਹੁਣ ਅਸੀਂ ਮੁਲਤਾਨ ਮੁਲਤਾਨ ਜਾਂਦੇ ਹਾਂ, ਤਾਂ ਮੁਲਤਾਨ ਨੂੰ ਜਾ ਕੇ ਕਲੀਅਰ ਕਰਦੇ, ਤਾਂ ਫਿਰ ਇਨਸ਼ਾਅੱਲਾ ਤੁਹਾਡੇ ਨਾਲ ਮੁਲਾਕਾਤ। ਸ਼ੋਰੂਮ ਤੇ ਇੱਥੇ ਆ ਗਿਆ, ਤੇ ਹੁਣ ਤਾਂ ਵਿਖਾਨੇ ਆ ਗੱਡੀ ਜਿਹੜੀ ਅਸੀਂ ਸੌਦਾ ਕਰ ਰਹੇ ਹਾਂ ਜੀ। ਦੋਸਤੋ ਅਸੀਂ ਆ ਗਏ ਹਾਂ ਜੀ ਮੁਲਤਾਨ, ਮੁਲਤਾਨ ਹੁਣ ਗੱਡੀ ਪਸੰਦ ਕੀਤੀ ਹੈ, ਹਾਲੀ ਕਰਦੇ ਖਲੇ ਹਾਂ, ਗੱਡੀਆਂ ਖਲੀਆਂ ਕਾਫੀ ਸਾਰੀਆਂ, ਮੈਂ ਤੁਹਾਨੂੰ ਵਿਖਾਣ ਲੱਗ ਪਿਆ। ਲਾਇ ਤੇ ਖਿਲਾਰੀ ਸਾਹਮਣੇ ਵਾਲੀ ਜਿਹੜੀ ਗੱਡੀ ਖੜੀ ਹੈ ਨਾ, ਫੈਸਲਾਬਾਦ ਦਾ ਨੰਬਰ ਹੈ ਇਹ, ਅਸੀਂ ਪਸੰਦ ਕੀਤੀ ਹੈ ਤੇ ਹੁਣ ਗੱਲ ਛੱਲ ਕਰਨੇ ਆ ਜੀ ਕੀ ਫਾਈਨਲ ਕਰਦੇ ਨੇ ਸਾਡੇ ਨਾਲ। ਦੋਸਤੋ ਸਾਡਾ ਸੌਦਾ ਹਾਲੇ ਤੱਕ ਉਸ ਗੱਡੀ ਨਾਲ ਨਹੀਂ ਹੋਇਆ, ਅਤੇ ਉਹ ਪੈਸੇ ਥੋੜ੍ਹੇ ਮੰਗਦੇ ਹਨ ਜ਼ਿਆਦਾ, ਤਾਂ ਅਸਾਂ ਜਿਹੜਾ ਨਾ ਅਸੀਂ ਆ ਕੇ ਇੱਕ ਹੋਰ ਸਾਈਡ 'ਤੇ ਜਾ ਕੇ, ਅਸੀਂ ਹੁਣ ਆ ਗਏ ਮੁਲਤਾਨ ਦੀ ਦੂਜੀ ਸਾਈਡ 'ਤੇ, ਉੱਥੇ ਜਾ ਕੇ ਚੈੱਕ ਕਰਨੇ, ਉਹ ਪਤਾ ਲੱਗਾ ਸਾਨੂੰ ਉੱਥੇ ਗੱਡੀ ਮਿਲਦੀ ਪਈ, ਉਹ ਚੈੱਕ ਕਰਨ ਜੀ ਵਾਪਸ ਹੋਟਲ 'ਤੇ, ਤਾਂ ਹੁਣ ਅਸੀਂ ਖਾਣਾ ਛਾਣਾ ਖਾ ਲਈ, ਤਾਂ ਖਾਣਾ ਖਾ ਕੇ ਅਤੇ ਇਨਸ਼ਾਅੱਲਾ ਨਿਕਲਦੇ ਹਾਂ ਫਿਰ ਵਾਪਸ, ਅਤੇ ਗੱਡੀ ਦਾ ਹੋਇਆ ਕੋਈ 70-80% ਹੋ ਗਿਆ ਸੀ।